हाँ जी दोस्तों, स्वागत है जी आप सारे का एक बार फिर तो YouTube चैनल तत गुरमत ज्ञान दे उत्ते। पहला असी लाइव प्रोग्राम साढ़े मसले ते प्रोग्राम धर्म जा भरम, पहला ऐतवार ते शुक्रवार, फिर सोमवार ते शुक्रवार, ये दो दिन जिहड़े प्रोग्राम हैगे वो लाइव लैके आउंदे रहे हैं। इस टाइम दे विच जिहड़ा हैगा वो बिजी होण करके, कुछ रुझेवे ज्यादा होण करके प्रोग्राम जिहड़े लाइव हैगे वो नहीं कर पा रहे, पर काफी समय तो चाहते थे कि असी गलबात जी है वो करिए अपने वीर साझी करिए गलबात जी है साढ़े को। फिर एक बार हाजिर है मैं मनजोत सिंह, मेरे नाल वीर सतविंदर सिंह अनूपगढ़, साढ़े दोहां वालों वाहिगुरु जी का खालसा वाहिगुरु वाहिगुरु जी की फतेह। पिछले कई दिनों तो साड़ी फोन पर जी है वो डिस्कस ਹੁੰਦੀ ਹੈ, ਗੱਲਬਾਤ ਜਿਹੜੀ ਹੈਗੀ ਅਸੀਂ ਕਰਦੇ ਰਹਿੰਦੇ ਹਾਂ, ਆਪਸ ਮਿਲਦੇ ਹਾਂ ਤਾਂ ਵੀ ਸਾਡੀ ਗੱਲਬਾਤ ਜਿਹੜੀ ਹੈਗੀ ਉਹ ਹੁੰਦੀ ਰਹਿੰਦੀ ਹੈ। ਕਾਫੀ ਸਮੇਂ ਤੋਂ ਅਸੀਂ ਸੋਚਦੇ ਸੀਗੇ ਵੀ ਇੱਕ ਪ੍ਰੋਗਰਾਮ ਕਰੀਏ, ਪਰ ਚਲੋ ਪ੍ਰੋਗਰਾਮ ਨਾ ਸਹੀ ਤਾਂ ਆਪਾਂ ਇੱਦਾਂ ਵੀਡੀਓ ਬਣਾ ਕੇ ਜਿਹੜੀ ਆਪਣੀ ਗੱਲਬਾਤ ਹੈਗੀ ਉਹ ਰੱਖ ਲੈਂਦੇ ਹਾਂ। ਵੀਰ ਸਤਵਿੰਦਰ ਸਿੰਘ ਜੀ, ਆਪਾਂ ਨੂੰ ਪਤਾ ਹੀ ਹੈ ਪਿਛਲੇ ਕਾਫੀ ਸਮੇਂ ਤੋਂ ਆਪਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਆਪਣੀ ਗੱਲਬਾਤ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਸਾਨੂੰ ਗੁਰਬਾਣੀ ਦੀ, ਸਾਡੇ ਸਿੱਖ ਇਤਿਹਾਸ ਦੀ, ਸਾਡੀ ਕੌਮ ਦੀ ਜਿੰਨੀ ਕਿ ਸਾਨੂੰ ਸਮਝ ਆਈ ਹੈ ਅਸੀਂ ਆਪਣੀ ਸਮਝ ਦੇ ਮੁਤਾਬਕ ਜਿਹੜੀ ਗੱਲਬਾਤ ਹੈਗੀ ਹੈ ਉਹ ਸਰੋਤਿਆਂ ਦੇ ਨਾਲ ਸਾਂਝੀ ਕਰੀ ਹੈ। ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਅਸੀਂ ਸਟੈਪ ਬਾਈ ਸਟੈਪ ਤੁਰਦੇ ਹੋਏ ਬਾਬਿਆਂ ਵਾਲੇ ਪਾਸਿਓਂ ਹੁੰਦੇ ਹੋਏ, ਜਾਗਰੂਕਾਂ ਕੋਲੇ, ਮਸ਼ੀਨਰੀਆਂ ਕੋਲੇ, ਚੱਲਦੇ ਚੱਲਦੇ ਹੌਲੀ ਹੌਲੀ ਭਾਈ ਰਣਜੀਤ ਸਿੰਘ ਦੀਆਂ ਗੱਲਾਂ ਸੁਣਦੇ ਰਹੇ ਹਾਂ, ਰੇਡੀਓ ਵਿਰਸਾ ਦੀਆਂ ਗੱਲਾਂ ਸੁਣਦੇ ਰਹੇ। ਆਪਣੇ ਆਪ ਨੂੰ ਬੜਾ ਵਧੀਆ ਫੀਲ ਹੁੰਦਾ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਅਸੀਂ ਰੇਡੀਓ ਵਿਰਸਾ ਦੇ ਵੀ ਸਰੋਤੇ ਹਾਂ ਔਰ ਸਰਦਾਰ ਹਰਨੇਕ ਸਿੰਘ ਵਰਗੇ ਬੰਦਿਆਂ ਨੂੰ ਜਿਹੜਾ ਸੁਣਦੇ ਅਸੀਂ ਸਰੋਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਸੀ। 23 ਦਸੰਬਰ ਨੂੰ ਜਿਹੜੀ ਘਟਨਾ ਵਾਪਰੀ ਸੀ, ਰੇਡੀਓ ਵਿਰਸਾ ਦੇ ਹੋਸਟ ਹੈ ਸਰਦਾਰ ਹਰਨੇਕ ਸਿੰਘ, ਮੈਨੂੰ ਤੇ ਬਾਈ ਸਤਵਿੰਦਰ ਸਿੰਘ ਨੂੰ ਸੁਣਦਿਆਂ ਨੂੰ ਕਰੀਬ ਸਾਨੂੰ 3 ਸਾਲ ਤੋਂ ਉੱਤੇ ਟਾਈਮ ਹੋ ਗਿਆ ਅਸੀਂ ਰੇਡੀਓ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉਹ ਸੁਣੀਦਾ। ਤਾਂ ਜਿਹੜੀ ਹਰਨੇਕ ਸਿੰਘ ਹੁਣਾਂ ਦੇ ਉੱਤੇ ਜਿਹੜਾ ਹਮਲਾ ਹੋਇਆ, ਉਹਨਾਂ ਦੇ ਜੋ ਵੀ ਸੁਣਨ ਦੇ ਵਿੱਚ ਆਇਆ ਵੀ ਸੱਟਾਂ ਲੱਗੀਆਂ ਜਾਂ ਫੱਟ ਲੱਗੇ ਆ, ਹੋਸਪਿਟਲ ਦੇ ਵਿੱਚ ਐਡਮਿਟ ਹੈ, ਉਦੋਂ ਬਾਅਦ ਚਾਹੇ ਕੋਈ ਧੜੇ ਦਾ ਬੰਦਾ ਹੋਵੇ, ਕਿਤੋਂ ਦਾ ਹੋਵੇ, ਕਿਸੇ ਦੀ ਜਿਹੜੀ ਵੀ ਪ੍ਰਤੀਕਿਰਿਆ ਆਈ ਹੈ, ਕਿਸੇ ਦੀ ਵੀਡੀਓ ਆਈ ਹੈ, ਤਾਂ ਸਾਰੀਆਂ ਜਿਹੜੀਆਂ ਹੈਗੀਆਂ ਅਸੀਂ ਸੁਣੀਆਂ ਉਹ। ਉਹਨਾਂ ਨੂੰ ਸੁਣ ਕੇ ਦੇਖ ਕੇ, ਹਾਂਜੀ ਇੱਕ ਗੱਲ ਮੈਂ ਇੱਥੇ ਸਾਰੇ ਸਰੋਤਿਆਂ ਨੂੰ ਪਹਿਲਾਂ ਕਹਿਣੀ ਚਾਹੁੰਦਾ ਕਿ ਜਿਹੜੀ ਗੱਲਬਾਤ ਇੱਥੇ ਕਰਨੀ ਹੈਗੀ ਆ ਉਹਦਾ ਮਕਸਦ ਸਾਡਾ ਸਫਾਈ ਦੇਣਾ ਨਹੀਂ ਹੈਗਾ, ਨਾ ਸਾਡਾ ਮਕਸਦ ਹੈ ਕਿ ਜੋ ਹਰਨੇਕ ਸਿੰਘ ਜੀ ਨੇ ਗੱਲਾਂ ਬਾਤਾਂ ਕੀਤੀਆਂ ਹੈ ਜਾਂ ਜਿਹਨਾਂ ਦਾ ਵਿਰੋਧ ਅਕਸਰ ਹੁੰਦਾ ਰਿਹਾ, ਟਕਸਾਲੀ ਕਰਦੇ ਰਹੇ ਹੈ, ਜਾਗਰੂਕ ਕਰਦੇ ਰਹੇ ਹੈ, ਕਿ ਉਹਨਾਂ ਗੱਲਾਂ ਤੇ ਅਸੀਂ ਕੋਈ ਸਫਾਈ ਪੇਸ਼ ਕਰਨ ਲੱਗੇ ਹਾਂ, ਨਾ ਅਸੀਂ ਉਹਨਾਂ ਵੱਲੋਂ ਕੋਈ ਗੱਲ ਕਰਨ ਲੱਗੇ ਹਾਂ। ਸਾਡਾ ਆਪਣਾ ਮਕਸਦ ਹੈ, ਅਸੀਂ ਆਪਣੇ ਤਰੀਕੇ ਨਾਲ ਗੱਲ ਕਰਨੀ ਹੈ। ਰੇਡੀਓ ਜਿੱਤੇ ਜਿਹੜੇ ਬੰਦੇ ਗੱਲ ਕਰਦੇ ਉਹ ਆਪਣੇ ਤਰੀਕੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਅਸੀਂ ਸੁਣਦੇ ਹਾਂ ਜ਼ਰੂਰ ਹੈਗੇ ਹਾਂ, ਪਰ ਅਸੀਂ ਗੱਲ ਇੱਥੇ ਆਪਣੇ ਮਾਧਿਅਮ ਰਾਹੀਂ ਆਪਣੇ ਤਰੀਕੇ ਨਾਲ ਕਰਦੇ ਹਾਂ। ਸਾਡਾ ਤਰੀਕਾ ਉਹਨਾਂ ਵੱਖਰਾ ਵੀ ਹੋ ਸਕਦਾ ਹੈ ਔਰ ਸਾਡੀ ਗੱਲਬਾਤ ਵੀ ਵੱਖਰੀ ਹੋ ਸਕਦੀ ਹੈ, ਪਰ ਗੱਲਬਾਤ ਉਹਨਾਂ ਤੱਤਾਂ ਤੇ ਜਿਹੜੀ ਹੈ ਕਰਨੀ ਹੈਗੀ ਹੈ ਕਿ ਕਿਹੜੀਆਂ ਕਿਹੜੀਆਂ ਗੱਲਾਂ ਸੀ, ਕਿਉਂਕਿ ਵੀਰ ਜੀ ਆਪਾਂ ਜਿਹੜੀ ਪਿੱਛੇ ਜੇ ਸੁਣਿਆ ਹੈਗਾ ਕਿਸਾਨੀ ਸੰਘਰਸ਼ ਚੱਲੀ ਜਾਂਦਾ ਤੇ ਜਿਹੜੇ ਅਕਸਰ ਸਾਡੇ ਘਰਾਂ ਵਿੱਚ ਰਹਿਣ ਵਾਲੇ ਬੱਚੇ ਸੀ ਤੇ ਜਿਹੜੇ ਸਾਡੇ ਭਰਾ ਨੇ ਤੇ ਉਹ ਮੇਰੇ ਨਾਲ ਵੀ ਪਿੱਛੇ ਗੱਲਬਾਤ ਕਰ ਰਹੇ ਸੀ। ਅਸੀਂ ਘਰੇ ਇੱਕ ਦਿਨ ਬੈਠੇ ਤੇ ਸਾਰੇ ਜਾਣੇ ਕਹਿਣ ਲੱਗ ਪਏ ਕਿ ਕਿਸਾਨੀ ਸੰਘਰਸ਼ ਤੇ ਸਰਦਾਰ ਹਰਨੇਕ ਸਿੰਘ ਬੋਲੇ ਆ ਤੇ ਇਸ ਕਰਕੇ ਉਹਨਾਂ ਤੇ ਹਮਲਾ। ਅਸੀਂ ਇਸ ਗੱਲ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਇਹਦਾ ਮਸਲਾ ਕੀ ਹੈਗਾ, ਆਖਿਰਕਾਰ ਹਰਨੇਕ ਸਿੰਘ ਤੇ ਅਟੈਕ ਹੋਣ ਦਾ ਕਾਰਨ ਕੀ ਹੈਗਾ, ਅੱਗੇ ਅਟੈਕ ਕਿਵੇਂ ਹੋਇਆ, ਕਦੋਂ ਹੋਇਆ, ਸਾਰੀਆਂ ਗੱਲਾਂ ਸਾਨੂੰ ਨਹੀਂ ਪਤਾ, ਇਹ ਉਹਨਾਂ ਨੂੰ ਪਤਾ ਤੇ ਉਹ ਆਪਣੀ ਗੱਲਬਾਤ ਆਪ ਕਰਨਗੇ। ਅਸੀਂ ਸਿਰਫ ਆਪਣਾ ਨਜ਼ਰੀਆ ਜਿਹੜੀ ਆਪਣੀ ਵਿਚਾਰ ਹੈ ਉਹ ਰੱਖਣੀ ਚਾਹੁੰਦੇ ਹਾਂ, ਅਸੀਂ ਇੱਕ ਦੂਜੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਜਿਹਨੂੰ ਚੰਗਾ ਲੱਗੇ ਉਹ ਸੁਣ ਸਕਦਾ, ਜਿਹਨੂੰ ਨਾ ਚੰਗਾ ਲੱਗੇ ਉਹ ਨਾ ਸੁਣੇ, ਜਿਹਨੂੰ ਚੰਗਾ ਲੱਗੇ ਸ਼ੇਅਰ ਕਰ ਦੇਵੇ ਤੇ ਜਿਹਨੂੰ ਨਾ ਚੰਗਾ ਲੱਗੇ ਉਹ ਇਸੇ ਟਾਈਮ ਆਪਣਾ ਜਿਹੜਾ ਚੈਨਲ ਬੰਦ ਕਰਕੇ ਆਪਣਾ ਸਾਈਡ ਤੇ ਹੋ ਸਕਦਾ। ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ, ਪਰ ਅਸੀਂ ਸਮਝ ਰਹੇ ਹਾਂ ਕਿ ਜਿਹੜੀ ਇੱਕ ਲੰਮੇ ਸਮੇਂ ਤੋਂ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਹੜੀ ਵਿਚਾਰਧਾਰਾ ਚੱਲੀ
उस तो बाद बाबा बंदा सिंह बहादुर तो बाद जिवें धूड़ मिट्टी उस विचारधारा से पा दी गई, असी उस धूड़ मिट्टी हटाने का जतन करना है ताकि जी गुरु नानक साहब की विचारधारा वह साढ़े सामने आ सके, जिवें उन्होंने सानू जीवना सिखाया उदा की गलबात असी समझ का यतन करते हैं। जिन्हों चंगा लगेगा वह सुन सकता, जिन्हों ना चंगा लगे वो साड़ी गल नू इत्थे ही स्टॉप कर सकता है। पर फिर एक बार कहना चाहते हैं कि असी जी गलबात करनी है ये कोई रेडियो विरसा वालों कोई सफाई नहीं हैगी, ना असी उन्हां वालों गल कर रहे हैं, असी अपनी गलबात जी है अपने माध्यम राही करते हैं। हाँ जी जी बिल्कुल जी बिल्कुल, साड़ी इसे ते अपनी गलबात भी हुई सी फिर असी देखे कई रेडियो प्रोग्राम हुए है, प्रभदीप ने भी प्रोग्राम किया, कुलदीप सिंह होना ने प्रोग्राम किए है, सारे जे वो बंदे अपना पक्ष रख सकते हैं तो सानू भी लगता सीगा भी साढ़े को भी एक माध्यम हैगा ते साडा तत्पुरमुख ज्ञान का जिहड़ा जरिया हैगा चैनल के जरिए असी अपनी गलबात अपनी भी रखिए अपना भी पक्ष रखिए, क्योंकि जे हरनेक सिंह बारे कोई नैगेटिव पक्ष रख सकता है तो साढ़े को भी हक हैगा भी असी अपना पॉजिटिव पक्ष भी रखिए। सो उहदे बारे असी गलबात करो। हाँ जी असी रेडियो विरसा सुनते हैं उत्थे असी बड़ा लंबा समा मेरा तो जिहड़ा टाइम भाई अमरीक सिंह चंडीगढ़ वाले दे नाल भी मैं विचरिया होया और उस तों बाद अलावा भी सरजीत सिंह ढूंढा होवे चाहे उस तो पुराने टाइम च देखिए जो बहुत सारे जो टकसाल के बुलारे होंगे उन्होंने मैं बड़ा लाइक करता सी, यानी इन्ह सारे असं विचर के आए हैं भाई पंथरी सिंह हो सारे सुनते हैं, असं यह नहीं कह सकते कि कल भाई रणजीत सिंह सुनते हैं जगला रेडियो विरसा सुनते हैं, नहीं असं प्रभदीप सिंह का जरा रेडियो सिंह नाद असं वह भी सुन लीद, असी जिथे टकसाली गलबात करते असं वह भी जरूर सुनीद, जिथे जागरूक गल करते वो भी सुन जिते मिशन की गल करते सुनी जी असी सारे की गल है, जिन्ना साढ़े को टाइम होंगे जो सा विरोधी विचारधारा वाला बंद है असं वो गल जरूर सुनते हैं, भावें किसी टाइम रेडियो का प्रोग्राम विरसा का बेशक छड़िया जा सकता है पर असी विरोधी की गल जरूर सुनते हैं ताकि पता लग सके कि आखिरकार वह व्यू की है, वह कहने का मतलब की है, असं समझ का यतन करते हैं। बिल्कुल बिल्कुल वीरे जो कुछ घटनावां उस तों बाद घटना तो वापरियां उन्हां दा भी उन्हां बारे भी गलबात करनी मैं समझदा सी भी लाजमी आपां करिए, कई वीरां ने उन्हां दे मतलब पक्ष दे विच किसे ने अपनी प्रोफाइल पिक्चर लाई जां किसे ने वीडियो बनाई ते कट्ठे हो के ते घर दे विच जा के उहदी मां तों माफी मंगा रहे हो, वीडियो भी तुसीं देखी होणी है, मैं देखी आ, मतलब इहो जिहा कहो जा समाज असी सिरजांगे साडे स्रोतियां दे लई बिल्कुल ध्यान देण वाली गल है, विरोधी विचारधारा नूं मारना जेकर ठीक है, जे अपनी विरोधी विचारधारा नूं मारना ठीक है तो फिर तां बाबर दा गुरु नानक साहब दे उत्ते हमला करना उहनां नूं जेल दे विच बंद करना बिल्कुल जायज़ हो जाणा। दूसरा एक होर गल है ना जिवें एक कहानी कथा आउंदी है कहानी आउंदी है गुरु अमरदास जी दे वेले दी, एक कोई पंडित सीगा वह गुरु अमरदास जी की बड़ी जिहड़ी कहानी सूरज प्रकाश विच भी लिखी हुई है ते बड़ी मशहूर रही है, कि गुरु अमरदास जी की कोई बंदा निंदा करता सी वार बार ते जिहड़ा भाई जेठा जी सी यानी गुरु रामदास जी तो भाई जेठा जी सी कहिंदे वह कहानी सच झूठ की गल वक्खरी है एक पर कहानी दे विच इदां हुंदा कि जदों निंदा करता ते भाई जेठा जी उहनूं एक कंगन दे आउंदे सोने का भी तू निंदा करनी बंद कर दे गुरु की ते आ कंगन लैला चुप कर गया, कहिंदे जी ओह उस टाइम तां चुप रहा थोड़ी देर बाद फिर उदां ही बोलन लग पिया, फिर गुरु दी अगे निंदा करन लग पिया गुरु दे खिलाफ बोलन लग पिया, उस तों बाद भाई जेठा जी ने दूजा कंगन सी जिहड़ा ओह भी दे दित्ता भी तू चुप कर जा, वह फिर नहीं चुप करिया ते फिर गुरु अमरदास जी ने कहिंदे भाई जेठा जी नूं पुछिया कि कंगन कित्थे गए ते वह कहिण लगे कि जी मैं उस नूं देते उह गुरु दी निंदा करदा सी तुहाडी निंदा करदा सी, अगे फिर गुरु अमरदास जी ने कहा कि ਇਹ ਕੰਗਣ ਤੈਨੂੰ ਦੇਣ ਦਾ ਕੋਈ ਫਾਇਦਾ ਨਹੀਂ, ਉਹਦਾ ਤਾਂ ਸੁਭਾਅ ਹੈ ਨਿੰਦਾ ਕਰਨ ਵਾਲਾ ਤੇ ਇਸ ਕਰਕੇ ਉਹਨੇ ਕਰਦੇ ਰਹਿਣਾ ਹੈਗਾ ਤੇ ਇਸ ਕਰਕੇ ਉਹਦੀ ਪਰਵਾਹ ਨਹੀਂ ਕਰਨੀ ਆਪਾਂ ਆਪਣਾ ਕੰਮ ਕਰਦਾ ਚੱਲੋ। ਮੈਂ ਇਹ ਗੱਲ ਤਾਂ ਕਹਿੰਦੀ ਆ ਕਿ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਵੇਲੇ ਸਾਖੀਆਂ ਤਾਂ ਇੱਦਾਂ ਦੀਆਂ ਲਿਖੀਆਂ ਹੋਈਆਂ ਵੀ ਜੇ ਕੋਈ ਗੁਰੂ ਦੀ ਨਿੰਦਾ ਕਰਦਾ ਹੈ ਤੇ ਉਦੋਂ ਕੰਗਣ ਦੇ ਆਉਂਦਾ ਸੀ ਭਾਈ ਜੇਠਾ ਜੀ ਵਰਗਾ ਗੁਰੂ ਰਾਮਦਾਸ ਜੀ ਵਰਗਾ ਵੀ ਚੱਲ ਤੂੰ ਬਈ ਚੁੱਪ ਕਰ ਜਾ, ਪਰ ਗੁਰੂ ਉੱਥੇ ਕਹਿੰਦਾ ਸੀ ਚੱਲ ਕੋਈ ਨੀ ਉਹਨੂੰ ਆਪਦਾ ਕੰਮ ਕਰਦੇ ਅਸੀਂ ਆਪਣਾ ਕੰਮ ਕਰਦੇ ਰਹੇ, ਯਾਨੀ ਇਹ ਤਾਂ ਕਿਤੇ ਵੀ ਨਹੀਂ ਗੁਰੂ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਲਿਖਿਆ ਹੋਇਆ ਕਿ ਕੋਈ ਬੰਦਾ ਗੁਰੂ ਦੀ ਨਿੰਦਾ ਕਰਦਾ ਹੋਵੇ ਤੇ ਗੁਰੂ ਸਾਹਿਬ ਨੇ ਕੋਈ ਐਸੇ ਸਿੱਖ ਸਿੰਘ ਭੇਜੇ ਹੋਣ ਜਿਹੜਾ ਜਾ ਕੇ ਸੋਧਾ ਲਾ ਕੇ ਆਉਣ ਜਾਂ ਉਹਦੇ ਨਾਲ ਕੁੱਟਮਾਰ ਕਰਕੇ ਆਉਣ, ਅਜੇ ਤੱਕ ਜੇ ਕਿਸੇ ਦੇ ਹਿਸਾਬ ਦੇ ਨਾਲ
ਇਹ ਵੀ ਕੋਈ ਮੰਨਦਾ ਹੋਵੇ ਆਪਣੇ ਤਰੀਕੇ ਦੇ ਨਾਲ ਮੰਨਦਾ ਹੋਵੇ ਕਿ ਹਰਨੇਕ ਸਿੰਘ ਗੁਰੂ ਦੇ ਖਿਲਾਫ਼ ਬੋਲਦਾ ਜਾਂ ਗੁਰੂ ਦੇ ਨਿੰਦਾ ਕਰਦਾ ਕਿਸੇ ਨੂੰ ਲੱਗਦਾ ਹੋਵੇ, ਲੇਕਿਨ ਆਹ ਹੱਕੀ ਨੇ ਦਿੱਤਾ ਕਿ ਉਹਦਾ ਜਾ ਕੇ ਸੋਧਾ ਲਾ ਦੇਣਾ ਚਾਹੀਦਾ। ਔਰ ਇਹ ਸ਼ਬਦ ਜਿਹੜੇ ਟਕਸਾਲ ਦੇ ਨਾਲ ਸੰਬੰਧਿਤ ਆ, ਉਹਨਾਂ ਦਾ ਤਾਂ ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਆਪਣਾ ਗੁੱਸਾ ਹੈ, ਉਹਨਾਂ ਦਾ ਆਪਣਾ ਮਤਲਬ ਹੈ, ਕਿਉਂਕਿ ਜਿਹੜੇ ਗੱਲਾਂ ਕਰਕੇ ਟਕਸਾਲ ਰੁਕੀ ਹੋਈ ਸੀ ਉਹਨਾਂ ਗੱਲਾਂ ਦੀ ਗੱਲ ਹਰਨੇਕ ਸਿੰਘ ਨੇ ਕੀਤੀ ਹੈ। ਪਰ ਜਿਹੜੇ ਜਾਗਰੂਕ ਮਿਸ਼ਨਰੀ ਜਿਹੜੇ ਹੋਏ ਆ, ਜਿਹੜੇ ਅੱਜ ਕੱਲ੍ਹ ਪ੍ਰਭਦੀਪ ਵਰਗੇ ਜਾਂ ਗੋਲਡੀ ਵਰਗੇ ਜਿਹੜੇ ਪ੍ਰੋਗਰਾਮ ਕਰਕੇ ਕਹਿ ਰਹੇ ਆ ਕਿ ਹਮਲਾ ਕਰਨਾ ਜਾਇਜ਼ ਸੀ, ਉਹ ਯੋਧੇ ਆ, ਸੂਰਮੇ ਆ, ਉਹ ਗਰੀਲਾ ਯੁੱਧ ਉਹਨਾਂ ਨੇ ਕੀਤਾ, ਉਹਨਾਂ ਨੂੰ ਤੇ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ। ਇੱਕ ਪਾਸੇ ਆਪਣੇ ਆਪ ਨੂੰ ਜਾਗਰੂਕ ਪ੍ਰਚਾਰਕ ਆਉਂਦੇ ਆ, ਆਪਣੇ ਆਪ ਨੂੰ ਬਹੁਤ ਅਗਾਂਹ ਵਧੂ ਕਹਾਉਂਦੇ ਆ, ਔਰ ਗੱਲ ਜਦੋਂ ਕਰਦੇ ਆ ਉਹ ਇੰਨੇ ਥੱਲੜੇ ਲੈਵਲ ਦੀ ਕਰਦੇ ਆ ਕਿ ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਇਹ ਆਇਆ ਕਿ ਕੋਈ ਵਿਰੋਧੀ ਧਿਰ ਵਿਚਾਰ ਰੱਖਣ ਵਾਲਾ ਹੋਵੇ ਉਹਦੇ ਤੇ ਜਾ ਕੇ ਹਮਲਾ ਕਰ। ਇੱਥੋਂ ਤੱਕ ਗੁਰਬਾਣੀ ਦੀ ਪੰਕਤੀ ਵਾਰ ਵਾਰ ਇੱਕ ਸੁਣਾ ਕੇ ਗੱਲ ਕੀਤੀ ਜਾਂਦੀ ਆ ਕਿ ਜਦੋਂ ਜਿਹੜਾ ਸੁਲਭੀ ਖਾਨ ਹੈ ਗੁਰੂ ਅਰਜਨ ਸਾਹਿਬ ਤੇ ਹਮਲਾ ਕਰਨ ਉੱਤੇ ਆ ਰਿਹਾ ਸੀ ਤੇ ਉੱਥੇ ਗੁਰਬਾਣੀ ਦੇ ਇੱਕ ਸ਼ਬਦ ਨੂੰ ਲੈ ਕੇ ਬੜੇ ਕਥਾਵਾਚਕਾਂ ਨੇ ਕਥਾ ਕੀਤੀ ਹੈ ਕਿ ਜਦੋਂ ਉਹ ਹਮਲਾ ਕਰਨ ਉੱਤੇ ਆ ਰਿਹਾ ਸੀ ਤਾਂ ਉਸ ਵੇਲੇ ਤਿੰਨ ਗੱਲਾਂ ਹੋਈਆਂ ਸੀ ਕਿ ਪਹਿਲਾਂ ਤਾਂ ਜਿਹੜੀ ਅੱਜ ਤਾਈਂ ਕਥਾਵਾਚਕਾਂ ਨੇ ਸੁਣਾਈ ਹੈ ਗੱਲ, ਕਹਿੰਦੇ ਕਿ ਉਹ ਹਮਲਾ ਕਰਨ ਲਈ ਆ ਰਹੇ, ਵਿਚਾਰਧਾਰਾ ਦੀ ਗੱਲ ਨਹੀਂ ਆ ਰਹੀ, ਫੌਜਾਂ ਲੈ ਕੇ ਉੱਤੇ ਚੜ੍ਹਾਈ ਕਰਨ ਲਈ ਆ ਰਹੇ ਕਹਿੰਦੇ। ਤੇ ਉਸ ਵੇਲੇ ਕਹਿੰਦੇ ਗੱਲ ਹੋਈ, ਪਹਿਲਾਂ ਗੁਰੂ ਸਾਹਿਬ ਨੇ ਕਿਹਾ ਵੀ ਕੋਈ ਚਿੱਠੀ ਪੱਤਰੀ ਭੇਜ ਦਈਏ, ਫਿਰ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਵੀ ਆਪਾਂ ਇਹ ਨਹੀਂ ਕਰਨਾ, ਫਿਰ ਕਹਿੰਦੇ ਕੋਈ ਮਤਲਬ ਕੋਈ ਬੰਦੇ ਭੇਜ ਦਈਏ ਉਹਨੂੰ ਸਮਝਾ ਦਈਏ ਵੀ ਤੂੰ ਨਾ ਕਰ ਏਦਾਂ, ਗੁਰੂ ਸਾਹਿਬ ਕਹਿੰਦੇ ਕਿ ਇਹ ਵੀ ਨਹੀਂ ਕਰਨਾ, ਫਿਰ ਕਹਿੰਦੇ ਕੋਈ ਹੋਰ ਉਪਾਅ ਕਰੀਏ, ਕਹਿੰਦੇ ਨਹੀਂ ਮੈਂ ਤਾਂ ਪਰਮਾਤਮਾ ਦਾ ਹੀ ਆਸਰਾ ਲੈਣਾ, ਹੋਰ ਕੁਛ ਨਹੀਂ ਕਰਨਾ। ਕਹਿੰਦੇ ਗੁਰੂ ਅਰਜਨ ਸਾਹਿਬ ਨੇ ਉਹਦਾ ਅੱਗੇ ਟਾਕਰਾ ਕਰਨ ਲਈ ਬੰਦੇ ਵੀ ਨਹੀਂ ਭੇਜੇ ਜਿਹੜਾ ਹਮਲਾ ਕਰ ਲਿਆ, ਉਸ ਤੋਂ ਬਾਅਦ ਉਹ ਮਰ ਗਿਆ। ਉਹ ਗੁਰਬਾਣੀ ਦੀਆਂ ਪੰਕਤੀਆਂ ਸੁਣਾਈਆਂ ਜਾਂਦੀਆਂ, ਪ੍ਰਥਮੇ ਮਤਾ ਜੇ ਪੱਤਰੀ ਦੋਈ ਮਾਨਕ, ਇੱਕ ਪੱਤਰੀ ਚਲਾਵੋ, ਦੁਤੀਏ ਮਤਾ ਦੋਈ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਆਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਇਹ ਪੰਕਤੀਆਂ ਸੁਣਾ ਕੇ ਕਿਹਾ ਜਾਂਦਾ ਕਿ ਜਦੋਂ ਕੋਈ ਗੁਰੂ ਤੇ ਹਮਲਾ ਕਰਨ ਆਉਂਦਾ ਸੀ, ਗੁਰੂ ਨੇ ਉਸ ਵੇਲੇ ਵੀ ਅੱਗੋਂ ਹਮਲਾ ਨਹੀਂ ਉਹਦੇ ਤੇ ਕੀਤਾ, ਬਲਕਿ ਰੱਬ ਨੂੰ ਯਾਦ ਕੀਤਾ ਤੇ ਕਿਵੇਂ ਮਰ ਗਿਆ। ਇਹ ਕਥਾ ਵਾਚਕਾਂ ਨੇ ਕਥਾ ਸੁਣਾਈ ਹੈ ਕਿ ਗੁਰੂ ਦਾ ਇਹ ਸੁਨੇਹਾ ਸੀ, ਕੋਈ ਵਿਰੋਧੀ ਵੀ ਆ ਗਿਆ ਨਾ ਤਾਂ ਉਹਦੇ ਤੇ ਪਹਿਲਾਂ ਹੱਥ ਨਹੀਂ ਸੀ ਚੱਕਦੇ ਗੇ। ਇਹ ਕਹਾਣੀਆਂ ਸੁਣਾਈਆਂ ਜਾਂਦੀਆਂ ਕਿ ਪਹਿੰਦੇ ਖਾਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਦਾ, ਉਹਨੂੰ ਪਹਿੰਦੇ ਖਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦਾ ਕਿ ਪਹਿਲਾਂ ਵਾਰ ਤੂੰ ਕਰ, ਦੂਜਾ ਵਾਰ ਵੀ ਤੂੰ ਕਰ, ਤੀਜਾ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਕਿ ਵਿਰੋਧੀ ਵੀ ਤਲਵਾਰ ਨਾਲ ਵੀ ਜਦੋਂ ਵਾਰ ਕਰਦਾ ਜਾਂ ਤੀਰ ਨਾਲ ਵਾਰ ਕਰਦਾ ਤਾਂ ਗੁਰੂ ਕਹਿੰਦਾ ਕਿ ਪਹਿਲਾਂ ਤੂੰ ਵਾਰ ਕਰ ਲਾ, ਮੈਂ ਬਾਅਦ ਵਿੱਚ ਕਰੂੰਗਾ। ਲੇਕਿਨ ਅੱਜ ਜਦੋਂ ਆਪਣੇ ਆਪ ਨੂੰ ਗੁਰੂ ਕੇ ਸਿੰਘ ਮਹਾਨ ਕਹਾਉਣ ਵਾਲੇ, ਆਪ ਕਿਸੇ ਦੇ ਕਈਆਂ ਹੋਈਆਂ ਗੱਲਾਂ ਕਰਕੇ ਉਹਨਾਂ ਦਾ ਜਵਾਬ ਤਰਕ ਨਾਲ ਨਾ ਦੇ ਕੇ, ਦਲੀਲ ਨਾਲ ਦਲ ਦੇ ਕੇ ਜਦੋਂ ਜਾ ਕੇ ਅਟੈਕ ਕਰਕੇ ਇਕੱਲੇ ਨਿਹੱਥੇ ਬੰਦੇ ਦੇ ਉੱਪਰ ਅਚਾਨਕ ਹਮਲਾ ਕਰਕੇ, ਰਾਤ ਦੇ ਹਨੇਰੇ ਦੇ ਵਿੱਚ ਹਮਲਾ ਕਰਕੇ, ਉਹਨੂੰ ਗੰਭੀਰ ਸੱਟਾਂ ਪਹੁੰਚਾ ਕੇ, ਉਦੋਂ ਬਾਅਦ ਇੱਕਦਮ ਗਾਇਬ ਹੋ ਜਾਣਾ ਤੇ ਉਦੋਂ ਬਾਅਦ ਚੂੰ ਵੀ ਨਹੀਂ ਕਰਨੀ, ਤੇ ਇਹਨੂੰ ਕਹਿੰਦੇ ਕਿ ਇਹ ਗੁਰੀਲਾ ਯੁੱਧ ਹੈ। ਤੇ ਇਹਨਾਂ ਗੁਰੀਲਾ ਯੁੱਧ ਉਦੋਂ ਕਹਿੰਦੇ, ਜਿਹੜੀ ਗੁਰੀਲਾ ਯੁੱਧ ਦੀ ਵੀ ਗੱਲ ਆਉਂਦੀ ਹੈ ਕਿ ਜਦੋਂ ਅਬਦਾਲੀ ਵਰਗੀ ਦੀਆਂ ਫੌਜਾਂ ਬਹੁਤ ਵੱਡੀਆਂ ਸੀ ਤੇ ਸਿੰਘ ਗਿਣਤੀ ਦੇ ਬੜੇ ਥੋੜੇ ਹੁੰਦੇ ਸੀਗੇ, ਦੁਸ਼ਮਣ ਦੀ ਫੌਜ ਵੱਡੀ ਸੀ ਤੇ ਸਿੰਘ ਥੋੜੇ ਸੀ, ਕਹਿੰਦੇ ਉਸ ਵੇਲੇ ਤਰੀਕਾ ਅਪਣਾਇਆ ਸੀ ਕਿ ਚੁੱਪ ਚੁਪੀਤੇ ਉਹਦੇ ਤੇ ਹਮਲਾ ਕਰ ਦਿੰਦੇ ਸੀਗੇ। ਉਹ ਨੀਤੀ ਤੇ ਕੁਝ ਦਿਖਦੀ ਆ ਵੀ ਸਿੰਘ ਥੋੜੇ ਆ ਤੇ ਦੁਸ਼ਮਣ ਬਹੁਤ ਵੱਡੀ ਤਾਕਤ ਦੇ ਵਿੱਚ ਹੈ, ਪਰ ਇੱਥੇ ਹਰਨੇਕ ਸਿੰਘ ਇਕੱਲਾ ਸੀ ਔਰ ਗੁਰੂ ਕੇ ਬੜੀ ਗਿਣਤੀ ਦੇ ਆਏ ਫੌਜਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ। ਤੇ ਇਸ ਗੱਲ ਨੂੰ ਜਿਹੜੇ ਆਪਣੇ ਆਪ ਨੂੰ ਜਾਗਰੂਕ ਮਿਸ਼ਰੀ ਕਹਿੰਦੇ, ਉਹ ਕਹਿੰਦੇ ਗੁਰੀਲਾ ਨੀਤੀ ਹੈ। ਮੈਂ ਕਿਹਾ ਜਿਹੜੇ ਬੰਦੇ ਅੱਜ ਤੱਕ ਇਹ ਕਹਿੰਦੇ ਨੀ ਥੱਕੇ, 1.25 ਲੱਖ ਨਾਲ ਇੱਕ ਲੜਦਾ, ਸਿੰਘ ਕਦੇ ਭੱਜੇ ਜਾਂਦੇ ਤੇ ਵਾਰ ਨੀ ਕਰਦਾ, ਸਿੰਘ ਨਿਹੱਥੇ ਤੇ ਵਾਰ ਨੀ ਕਰਦਾ, ਉਹ ਜਿਹੜਾ ਇਤਿਹਾਸ ਇਹਨਾਂ ਨੇ ਸੁਣਾਇਆ ਉਸ ਇਤਿਹਾਸ ਤੇ ਕਿੰਤੂ ਤਾਂ ਆਪ ਕਰਦੇ ਆ ਇਹ ਸਾਰੇ ਦਾ ਸਾਰਾ। ਇੱਕ ਪਾਸੇ ਫੋਟੋਆਂ, ਇਹ ਅੱਜ ਇਸੇ ਟਾਈਮ ਦੀਆਂ ਫੋਟੋਆਂ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰੀ ਜਾਂਦੇ ਹਾਂ, ਚੈਨਲਾਂ ਤੇ ਸ਼ੇਅਰ ਕਰੀ ਜਾਂਦੇ ਹਾਂ ਕਿ ਜਿਹੜੀ ਪੁਲਿਸ ਨੇ, ਜਿਹੜੀ ਫੌਜ ਨੇ ਕਿਸਾਨਾਂ ਦੇ ਉੱਪਰ ਹਮਲੇ ਕੀਤੇ, ਵਾਟਰ ਕੈਨਨ ਚਲਾਏ, ਜਿਨ੍ਹਾਂ ਨੇ ਉੱਤੇ ਅਥਰੋ ਗੈਸ ਤੇ ਗੋਲੇ ਸਿੱਟੇ ਤੇ ਸਾਡੇ ਜਿਹੜੇ ਕਿਸਾਨ ਸੀ ਅੱਗੇ ਜੀ ਉਹ ਉਹਨਾਂ ਨੂੰ ਲੰਗਰ ਛਕਾ ਰਹੇ ਸੀਗੇ, ਜਿਹੜੇ ਅਥਰੂ ਗੈਸ ਦੇ ਗੋਲੇ। ਇੱਕ ਪਾਸੇ ਤਾਂ ਅਸੀਂ ਆਪਣੇ ਨੂੰ ਇਹ ਪੇਸ਼ ਕਰਦੇ ਹਾਂ ਕਿ ਅਸੀਂ ਤਾਂ ਦੁਸ਼ਮਣ ਨੂੰ ਵੀ ਲੰਗਰ ਛਕਾ ਦਿੰਦੇ ਹਾਂ, ਤੇ ਦੂਜੇ ਪਾਸੇ ਅਸੀਂ ਇੱਕ ਨਿਹੱਥੇ ਦੇ ਉੱਤੇ ਏਦਾਂ ਕਰ ਦਿੰਦੇ ਹਾਂ ਤੇ ਬਾਅਦ ਵਿੱਚ
ਜਿਹੜੇ ਗ੍ਰੰਥ ਇਹਨਾਂ ਮਿਸ਼ਨਰੀਆਂ ਨੇ ਕਦੇ ਮੰਨੇ ਹੀ ਨਹੀਂ, ਕਿਹੜੇ ਕਿ ਜਿਹੜੇ ਰਹਿਤਨਾਮੇ, ਉਹਨਾਂ ਦੀ ਪੰਕਤੀ ਸੁਣਾ ਰਹੇ ਹੁੰਦੇ ਆ ਕਿ ਜੇ ਕੋਈ ਗੁਰੂ ਦੀ ਗੁਰ ਕੀ ਨਿੰਦਾ ਸੁਣੇ ਨਾ ਤਾਂ ਭੇਟ ਸੰਗ ਕਿਰਪਾਨ, ਕਹਿੰਦੇ ਉਹਦਾ ਸੀਸ ਜਿਹੜਾ ਕਿਰਪਾਨ ਨਾਲ ਭੇਟ ਕਰ ਦੇਣਾ ਚਾਹੀਦਾ, ਜਿਹੜੇ ਰਹਿਤਨਾਮੇ ਨੂੰ ਮੰਨਦੇ ਹੀ ਨਹੀਂ ਤੇ ਉਹ ਰਹਿਤਨਾਮੇ ਨੂੰ ਅੱਗੇ ਕਰਕੇ ਪੇਸ਼ ਕਰ ਰਹੇ। ਬਿਲਕੁਲ ਬਿਲਕੁਲ। ਤੇ ਜਿਹੜੀ ਦੂਜੀ ਦੂਜਾ ਪੱਖ ਹੈਗਾ, ਚਲੋ ਇਹ ਤਾਂ ਇਤਿਹਾਸਕ ਪੱਖ ਰਹਿ ਗਏ, ਇਹਨਾਂ ਨੂੰ ਜਿੱਦਾਂ ਮਰਜ਼ੀ ਅਸੀਂ ਵਿਚਾਰਦੇ ਰਹੀਏ, ਮੈਂ ਤਾਂ ਗੱਲ ਉਹ ਕਰਨੀ ਚਾਹੁੰਦਾ ਵੀ 3 ਸਾਲ ਤੋਂ ਉੱਪਰ ਸਮਾਂ ਮੈਨੂੰ ਹੋ ਗਿਆ, 4 ਹੀ ਪੂਰੇ ਹੋਣ ਵਾਲੇ ਆ ਰੇਡੀਓ ਸੁਣਦੇ ਨੂੰ, ਔਰ ਮੈਂ ਉਦੋਂ ਪਿੱਛੇ ਦੇ ਪ੍ਰੋਗਰਾਮ ਵੀ ਜਿਹੜੇ ਹੈਗੇ ਉਹਨਾਂ ਦੇ ਰਿਕਾਰਡਡ ਪਏ ਆ, ਮੈਂ ਸੁਣੇ ਆ, ਕਿਉਂਕਿ ਮੈਂ ਜਾਗਰੂਕਾਂ ਦੇ ਵਿੱਚ ਸੀਗਾ, ਜਾਗਰੂਕਾਂ ਦੇ ਵਿੱਚ ਹਰਨੇਕ ਸਿੰਘ ਦਾ ਵਿਰੋਧ ਡਟ ਕੇ ਹੋਇਆ, ਉਦੋਂ ਬਾਅਦ ਸੁਣਨੇ ਸ਼ੁਰੂ ਕੀਤੇ ਪ੍ਰੋਗਰਾਮ ਪਿੱਛੇ ਤੋਂ ਜਾ ਕੇ ਵੀ ਚੱਲਿਆ ਕਿੱਥੋਂ ਸੀਗਾ ਕੰਮ ਸਾਰਾ, ਇਹ ਕਿੱਥੋਂ ਸ਼ੁਰੂ ਹੋਇਆ, ਕੀ ਗੱਲ ਹੋਈ ਹੈ, ਸੁਣਦੇ 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 ਹੁਣ ਤੱਕ ਪਹੁੰਚੇ ਅਸੀਂ। ਮੈਂ ਇਹ ਕਹਿਣਾ ਚਾਹੁੰਦਾ ਸਾਡੇ ਵਿੱਚ ਵੱਡੀ ਸਮੱਸਿਆ ਇਹ ਆ, ਸਾਡੇ ਵਿੱਚ ਅੱਜ ਵੀ ਇਹੋ ਜਿਹੇ ਲੋਕ ਹੈਗੇ ਆ, ਥੋੜੀ ਬਹੁਤ ਗਿਣਤੀ ਉਹਨਾਂ ਦੀ ਵੀ ਹੈਗੀ ਆ, ਜਿਹੜੇ ਬੰਦਿਆਂ ਨੇ ਹਰਨੇਕ ਸਿੰਘ ਨੂੰ ਕਦੇ ਨਹੀਂ ਸੁਣਿਆ, ਉਹ ਦਮਦਮੀ ਟਕਸਾਲ ਨਾਲ ਜੁੜੇ ਹੋਏ ਆ, ਪੰਥਪ੍ਰੀਤ ਸਿੰਘ ਨਾਲ ਜਾਂ ਮਸ਼ੀਨਰੀ ਲਹਿਰ ਨਾਲ ਜੁੜੇ ਹੋਏ ਆ, ਸੁਣਿਆ ਨੀ ਗਾ, ਬਸ ਪ੍ਰਚਾਰਕਾਂ ਨੇ ਦੱਸਤਾ, ਉਹ ਕਹਿੰਦੇ ਵੀ ਠੀਕ ਆ ਗੁਰਨਿੰਦਾ ਕਰਦਾ। ਔਰ ਅਸੀਂ ਆਪਣੀ ਆਪਣੇ ਨਜ਼ਰੀਏ ਤੋਂ ਕਹਿਣਾ ਚਾਹੁੰਦੇ ਹਾਂ, ਗੱਲ ਆਪਣੇ ਵੱਲੋਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਹਰਨੇਕ ਸਿੰਘ ਨੂੰ ਸੁਣਿਆ, ਸਾਨੂੰ ਨੀ ਕਿਤੇ ਵੀ ਲੱਗਿਆ ਵੀ ਉਹ ਬੰਦਾ ਗੁਰੂ ਨਿੰਦਾ ਕਰਦਾ। ਗੁਰੂ ਨਾਨਕ ਸਾਹਿਬ ਸਾਡੇ ਤੋਂ ਕੋਹਾਂ ਮੀਲ ਦੂਰ ਕਰ ਦਿੱਤਾ ਸੀਗਾ ਇਹਨਾਂ ਪ੍ਰਚਾਰਕਾਂ ਨੇ, ਇਹਨਾਂ ਬਾਬਿਆਂ ਨੇ, ਵੀ ਪਤਾ ਨੀ ਕਿੱਥੇ ਕੁ ਰਹਿੰਦਾ, ਸਾਨੂੰ ਤਾਂ ਮਿਲੂ ਕਦੇ ਕਿ ਨਾ ਮਿਲੂਗਾ। ਅੱਜ ਹਰਨੇਕ ਸਿੰਘ ਦੀ ਬਦੌਲਤ ਸਾਨੂੰ ਸਾਡਾ ਗੁਰੂ ਸਾਹਿਬ ਤੋਂ ਦੂਰ ਨਹੀਂ ਲੱਗਦਾ, ਨੇੜੇ ਲੱਗਦਾ, ਆਪਣਾ ਲੱਗਦਾ, ਪਿਆਰਾ ਲੱਗਦਾ। ਸਤਿਕਾਰ ਘਟਿਆ ਨੀ ਪਹਿਲਾਂ ਨਾਲੋਂ, ਸਤਿਕਾਰ ਵਧਿਆ। ਬਿਲਕੁਲ। ਬਾਕੀ ਦੂਸਰੀ ਗੱਲ ਜਿਹੜੀ, ਮੈਂ 2017 ਦੇ ਵਿੱਚ ਹਰਨੇਕ ਸਿੰਘ ਨੂੰ ਸੁਣਨਾ ਸ਼ੁਰੂ ਕੀਤਾ 17 ਦੇ ਵਿੱਚ, ਪਰ ਉਦੋਂ 2 ਸਾਲ ਪਿੱਛੇ ਚਲੇ ਜਾਵਾਂ ਨਾ, ਮੈਂ ਆਪਣੇ ਆਪ ਨੂੰ ਤਾਂ ਮੈਂ ਹਰਨੇਕ ਸਿੰਘ ਦਾ ਨਾਮ ਤੱਕ ਵੀ ਨਹੀਂ ਸੁਣਿਆ ਸੀ, ਮੈਨੂੰ ਰੇਡੀਓ ਦਾ ਨਾਮ ਵੀ ਨਹੀਂ ਪਤਾ ਸੀ, ਮੈਨੂੰ ਕੁਛ ਨਹੀਂ ਸੀ ਪਤਾ। 2015 ਤੋਂ ਲੈ ਕੇ ਜਿਹੜੀ ਦਿਮਾਗ ਦੇ ਵਿੱਚ ਮੇਰੇ ਸਵਾਲ ਸੀਗੇ ਸਾਰੇ ਦੇ ਸਾਰੇ, ਜਾਂ ਜਿਹਨਾਂ ਦੇ ਹੱਲ ਮੈਨੂੰ ਆਪਣੇ ਦਿਮਾਗ ਨਾਲ ਬਹੁਤਿਆਂ ਦੇ ਲੱਭ ਗਏ ਸੀਗੇ, ਜਿਹੜੀਆਂ ਰੱਬ ਬਾਰੇ ਗੱਲਾਂ ਹੋਈਆਂ, ਜਿਹੜੀਆਂ ਗੁਰੂ ਬਾਰੇ ਗੱਲਾਂ ਹੋਈਆਂ, ਇਹਨਾਂ ਦਾ ਆਲਰੇਡੀ ਮੈਨੂੰ ਪਹਿਲਾਂ ਵੀ ਦਿਮਾਗ ਦੇ ਵਿੱਚ ਮੇਰੇ ਸਵਾਲ ਸੀਗੇ, ਤੇ ਔਰ ਮੇਰੇ ਬਹੁਤ ਸਾਰੇ ਦਿਮਾਗ ਦੇ ਵਿੱਚ ਉਸ ਵੇਲੇ ਕੁਐਸਚਨ ਸੀ ਔਰ ਹੱਲ ਵੀ ਸੀਗੇ, ਔਰ ਮੈਂ ਉਹਨਾਂ ਗੱਲਾਂ ਨੂੰ ਬਹੁਤ ਗੱਲਾਂ ਨਾਲ ਕਲੀਅਰ ਵੀ ਸੀ, ਪਰ ਮੈਂ ਵਿਰੋਧੀ ਘਰ ਬਣ ਕੇ ਨਹੀਂ ਹਰਨੇਕ ਸਿੰਘ ਨੂੰ ਸੁਣਿਆ, ਪਰ ਮੈਨੂੰ ਜਿੱਦੇ ਮੈਂ ਸੁਣਿਆ ਉੱਥੇ ਮੈਨੂੰ ਪਤਾ ਲੱਗਿਆ ਵੀ ਆਹ ਕੋਈ ਬੰਦਾ ਗੱਲ ਠੀਕ ਕਰ ਰਿਹਾ, ਕਿਉਂਕਿ ਮੈਂ ਪਹਿਲਾਂ ਹੀ ਉੱਦਾਂ ਦੀ ਵਿਚਾਰ ਰੱਖ ਰਿਹਾ ਸੀਗਾ ਆਪਣੇ ਦਿਮਾਗ ਦੇ ਵਿੱਚ, ਕੋਈ ਇੱਦਾਂ ਦਾ ਹੈ ਕੋਈ ਗੱਲ ਕਰਨ ਵਾਲਾ, ਤੇ ਉਹ ਮੈਨੂੰ ਮਿਲਿਆ ਸੀ ਹਰਨੇਕ ਸਿੰਘ ਜਿਹੜਾ ਇੱਦਾਂ ਦੀ ਗੱਲ ਕਰ ਰਿਹਾ ਸੀਗਾ, ਉਹਨੂੰ ਸੁਣ ਕੇ ਪਤਾ ਲੱਗਿਆ ਕਿ ਹਾਂ ਹਾਲੇ ਤੱਕ ਸਿੱਖ ਕੌਮ ਦੇ ਵਿੱਚ ਕੋਈ ਨਾ ਕੋਈ ਬੰਦਾ ਹੈ ਬਚਿਆ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਰੱਖ ਰਿਹਾ ਲੋਕਾਂ ਦੇ ਸਾਹਮਣੇ। ਤੇ ਇਸ ਕਰਕੇ ਇਹ ਮੈਂ ਨੀ ਇਹ ਸਮਝਦਾ ਕਿ ਮੈਂ ਹਰਨੇਕ ਸਿੰਘ ਦੇ ਕਹਿਣ ਕਰਕੇ ਅੱਜ ਆਹ ਗੱਲਾਂ ਕਰਨ ਲੱਗਿਆ, ਨਹੀਂ, ਆਲਰੇਡੀ ਠੀਕ ਹੈ ਸਾਡੇ ਕੋਲ ਪਲੇਟਫਾਰਮ ਨਹੀਂ ਸੀ, ਸਾਨੂੰ ਰੇਡੀਓ ਤੇ ਇੱਕ ਬੜੀ ਵਧੀਆ ਜਿਹੜੇ ਮੈਸੇਜ ਉਹ ਮਿਲੇ ਕਿ ਜਦੋਂ ਗੱਲ ਕਰਨੀ ਅਸੀਂ ਆਪਣੇ ਮਾਧਿਅਮ ਰਾਹੀਂ ਕਰੀਏ, ਅਸੀਂ ਸਟੇਜਾਂ ਵੱਲ ਨਾ ਚੱਕ, ਹਾਂ ਅਸੀਂ ਸਟੇਜਾਂ ਵੱਲ ਨਾ ਚੱਕੀਏ, ਅਸੀਂ ਜਿੰਨੀ ਗੱਲ ਕਰਨੀ ਆਪਣੇ ਮਾਧਿਅਮ ਰਾਹੀਂ ਕਰ ਲਈਏ, ਜਿਹਨੇ ਸੁਣਨੀ ਆ ਉਹ ਸੁਣ ਲਵੇ, ਜਿਹਨੇ ਨਹੀਂ ਸੁਣਨੀ ਹੈ ਉਹ ਆਪਣਾ ਬੰਦ ਕਰ ਸਕਦਾ। ਸਾਨੂੰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੈਗੀਆਂ। ਸਾਡੇ ਲਈ ਸਮੱਸਿਆ ਇਹ ਸੀ ਨਾ, ਸਾਡੇ ਦਿਮਾਗ ਚ ਪਹਿਲਾਂ ਗੱਲ ਇਹ ਰਹਿੰਦੀ ਸੀ ਯਾਰ ਜੇ ਐ ਬੋਲਾਂਗੇ ਤਾਂ ਸੁਣਨਾ ਕਿਹਨੇ ਆ ਸਾਨੂੰ, ਪਰ ਨਹੀਂ, ਮੈਂ ਸਟੇਜ ਤੇ ਕਥਾ ਕਰਦਾ ਸੀ ਗੁਰਦੁਆਰੇ ਦੇ ਵਿੱਚ, ਤੇ ਮੈਨੂੰ ਹਮੇਸ਼ਾ ਇੱਦਾਂ ਲੱਗਦਾ ਸੀ ਵੀ ਜਿਹੜਾ ਸੱਚ ਦਾ ਪ੍ਰਚਾਰ ਆ ਗੁਰਦੁਆਰੇ ਦੇ ਵਿੱਚ ਮੈਂ ਕਰਨਾ ਹੈ, ਇਸ ਲਈ ਘੱਟੋ ਘੱਟ 10 ਗੁਰਦੁਆਰਿਆਂ ਦੇ ਵਿੱਚ ਮੈਨੂੰ ਡਿਊਟੀ ਛੱਡਣੀ ਪਈ ਇਸ ਚੱਕਰ ਦੇ ਵਿੱਚ, ਪਿਛਲੇ 10 ਸਾਲਾਂ ਦੇ ਵਿੱਚ 10 ਗੁਰਦੁਆਰੇ ਮੈਨੂੰ ਚੇਂਜ ਕਰਨੇ ਪਏ, ਕਿਉਂ, ਕਿਉਂਕਿ ਜੋ ਮੈਂ ਬੋਲਦਾ ਸੀਗਾ ਪ੍ਰਬੰਧਕ ਹਜ਼ਮ ਨਹੀਂ ਸੀ ਕਰਦੇ, ਤੇ ਉਸ ਵੇਲੇ ਉਹ ਕਹਿ ਦਿੰਦੇ ਸੀ ਨਹੀਂ ਜੀ ਸਾਨੂੰ ਠੀਕ ਨਹੀਂ ਲੱਗਦਾ ਹੈਗਾ, ਉਹ ਚੀਜ਼ ਜਿਹੜੀ ਸੀ ਨਾ ਉਸ ਤੋਂ ਛੁਟਕਾਰਾ ਮਿਲੇ ਅੱਜ, ਕਿ ਹਾਂ ਅਸੀਂ ਆਪਣਾ ਕੰਮ ਕਰਕੇ ਖਾਈਏ, ਆਪਣੀ ਮਿਹਨਤ ਕਰੀਏ, ਆਪਣੀ ਫਸਲ ਬੀਜੀਏ, ਆਪਣੀ ਜੋ ਵੀ ਕੰਮ ਕਰੀਏ, ਪਰ ਅਸੀਂ ਧਰਮ ਦਾ ਪੈਸਾ ਖਾਣਾ ਬੰਦ ਕਰ ਦਈਏ ਤਾਂ ਅਸੀਂ ਸੱਚ ਬੋਲ ਸਕਦੇ ਹਾਂ, ਨਹੀਂ ਤਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਅੱਜ ਦਾ ਮਾਹੌਲ ਹੈ ਉੱਥੇ ਕਦੇ ਸੱਚ ਅਸੀਂ ਨਾ ਬੋਲ ਸਕਦੇ ਹਾਂ, ਨਾ ਉੱਥੋਂ ਸੱਚ ਕਿਤੇ ਸੁਣਨ ਨੂੰ ਸਾਨੂੰ। ਬਿਲਕੁਲ ਬਿਲਕੁਲ। ਇੱਕ ਗੱਲ ਜਿਹੜੀ ਹੈਗੀ ਆ ਸਾਡੇ ਲਈ ਸਾਰਿਆਂ ਦੇ ਲਈ ਜ਼ਰੂਰੀ ਹੈ, ਅਸੀਂ ਪੂਰੀ ਆਪਣੀ ਤਤ ਗੁਰਮਤ ਗਿਆਨ ਮੀਡੀਆ ਟੀਮ ਦੇ ਵੱਲੋਂ ਇਹ ਮੰਨਦੇ ਹਾਂ, ਅਸੀਂ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈਗਾ, ਹੱਕ ਹੈਗਾ, ਠੀਕ ਹੈ, ਉਹ ਰੱਖ ਸਕਦਾ। ਵਾਇਲੈਂਸ ਨੂੰ ਅਸੀਂ ਕਦੇ ਪ੍ਰਮੋਟ ਨਹੀਂ ਕਰਦੇ ਗੇ, ਲੜਾਈ ਜਿਹੜੀ ਹੈਗੀ ਆ ਮਾਰਾ ਕੁੱਟੀ ਇਸ ਪਾਸੇ ਨੂੰ ਜਾਣਾ ਕਿਤੇ ਵੀ ਜਾਇਜ਼ ਨਹੀਂ ਹੈਗਾ, ਖਾਸ ਕਰਕੇ ਸਾਡੀ ਕੌਮ ਲਈ ਤਾਂ ਬਿਲਕੁਲ ਵੀ ਜਾਇਜ਼ ਨਹੀਂ ਹੈਗਾ। ਸਾਡਾ ਜਿਹੜਾ ਧਿਆਨ ਹੈਗਾ ਉਹ ਸਾਰੇ ਦਾ ਸਾਰਾ ਸਾਡੇ ਬੱਚਿਆਂ ਵਾਲੀ ਸਟੱਡੀ ਦੇ ਸਟੱਡੀ ਵਾਲੇ ਪਾਸੇ ਲੱਗਣਾ ਚਾਹੀਦਾ, ਅਸੀਂ ਆਪਣੀ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਸਾਡੇ ਬੱਚੇ ਅੱਗੇ ਕਿਵੇਂ ਵਧਣਗੇ, ਸਾਡਾ ਭਵਿੱਖ ਸਾਡੇ ਬੱਚਿਆਂ ਦੇ ਵਿੱਚ ਉਧਰਲੇ ਪਾਸੇ ਨੂੰ ਸੋਚਣਾ ਸ਼ੁਰੂ ਕਰਨਾ ਸੀ।
ਪਰ ਜੇ ਕੋਈ ਬੰਦਾ ਇਸ ਤਰ੍ਹਾਂ ਕੁੱਟਮਾਰ ਕਰਦਾ ਚਾਹੇ ਉਹ ਕਿਸੇ ਦੇ ਨਾਲ ਵੀ ਸੰਬੰਧ ਕਿਉਂ ਨਾ ਰੱਖਦਾ ਹੋਵੇ ਸਾਡੇ ਲਈ ਸਾਨੂੰ ਮੈਨੂੰ ਹੋਰ ਵੀ ਵਧੀਆ ਲੱਗਿਆ ਸੀਗਾ ਹਰਨੇਕ ਸਿੰਘ ਹੋਣਾ ਵੱਲੋਂ ਗੱਲਬਾਤ ਕੀਤੀ ਗਈ ਇੱਕ ਇਹੋ ਜਿਹਾ ਮਾਹੌਲ ਕਦੇ ਨਹੀਂ ਬਣਿਆ ਵੀ ਵਿਚਾਰ ਬੰਦੇ ਜਿਹੜੇ ਹੈਗੇ ਆ ਉਹ ਆਪਸ ਦੇ ਵਿੱਚ ਬਹਿ ਕੇ ਕਰਦੇ ਹੋਣ ਇੱਕ ਗੱਲ ਮੈਂ ਕਰਨੀ ਚਾਹੁੰਦਾ ਸੀ ਵੀਰ ਸਤਵਿੰਦਰ ਸਿੰਘ ਤੁਸੀਂ ਵੀ ਰੇਡੀਓ ਪ੍ਰੋਗਰਾਮ ਸੁਣੇ ਆ ਮੈਂ ਵੀ ਸੁਣੇ ਆ ਜਿਹੜੇ ਸਾਨੂੰ ਸੁਣਨ ਵਾਲੇ ਆ ਭਾਈ ਉਹ ਨੋਟ ਕਰ ਲਿਓ ਕੋਈ ਵੀ ਵਿਰੋਧੀ ਵਿਚਾਰਧਾਰਾ ਦਾ ਬੰਦਾ ਜਿਹੜਾ ਰੇਡੀਓ ਤੇ ਗਿਆ ਗੱਲ ਕਰਨ ਵਾਸਤੇ ਚਾਹੇ ਉਹ ਗੁਰਪ੍ਰੀਤ ਕੈਲੀਫੋਰਨੀਆ ਸੀ ਚਾਹੇ ਕੋਈ ਹੋਰ ਸੀਗਾ ਬਿਲਕੁਲ ਸਲੀਕੇ ਦੇ ਨਾਲ ਜੀ ਕਹਿ ਕੇ ਗੱਲ ਸ਼ੁਰੂ ਕੀਤੀ ਗਈ ਪਹਿਲੀ ਬੇਹੂਦਗੀ ਅਗਲੇ ਨੇ ਕੀਤੀ ਜੇ ਕੀਤੀ ਹੈ ਤਾਂ ਪੂਰਾ ਹੱਕ ਦਿੱਤਾ ਹਰਨੇਕ ਸਿੰਘ ਨੇ ਹਰੇਕ ਬੰਦੇ ਨੂੰ ਆਪਣੇ ਪਲੇਟਫਾਰਮ ਤੇ ਗੱਲ ਰੱਖਣ ਅਸੀਂ ਸੁਣਿਆ ਅਸੀਂ ਦੇਖਿਆ ਉਹਨਾਂ ਦੇ ਵੀਡੀਓ ਪ੍ਰੋਗਰਾਮ ਦੇ ਵਿੱਚ ਵੀ ਜੋ ਕੋਈ ਵਿਰੋਧੀ ਆ ਗਿਆ ਨਹੀਂ ਵਿਚਾਰ ਰਲਦੇ ਪਤਾ ਹੈ ਕਿ ਸਾਡੀ ਡਿਸਕਸ ਨਹੀਂ ਚੱਲ ਸਕਦੀ ਦੋ ਜਣਿਆਂ ਦੀ ਗੱਲਬਾਤ ਨਹੀਂ ਚੱਲ ਸਕਦੀ ਅਗਲੇ ਨੂੰ ਕਹਿ ਕੇ ਟਾਈਮ ਲੈ ਲਾ 5 ਮਿੰਟ ਲੈ ਲਾ 10 ਮਿੰਟ ਲੈ ਲਾ 15 ਮਿੰਟ ਅੱਧਾ ਘੰਟਾ ਅਸੀਂ ਮਾਈਕ ਬੰਦ ਕਰ ਦਿੰਦੇ ਹਾਂ ਤੂੰ ਬੋਲੀ ਜਾ ਇਹ ਰੇਡੀਓ ਵਾਲਿਆਂ ਦਾ ਕਹਿਣਾ ਸੀਗਾ ਬਿਲਕੁਲ ਮਤਲਬ ਇਦੋਂ ਵਧੀਆ ਹੋਰ ਕੀ ਅਗਲਾ ਕਰ ਸਕਦਾ ਹੈ ਬਾਬਦਾ ਇਹ ਕਹਿ ਦਿੱਤਾ ਸੀ ਵੀ ਤੇਰੇ ਕੋਲੇ 5 ਮਿੰਟ ਆ 10 ਮਿੰਟ ਲੈਣੇ ਆ 10 ਮਿੰਟ ਲੈ ਲਾ ਇੱਕ ਬੰਦਾ ਉਹ ਵੀ ਸੀ ਜਿਹਨੂੰ ਕਿਹਾ ਸੀ ਵੀ ਤੂੰ ਹਫਤੇ ਦੇ ਅਗਰ ਲੈਣਾ ਚਾਹੁੰਦਾ 15 ਮਿੰਟ ਦੇ ਐਤਵਾਰ ਦੇ ਐਤਵਾਰ ਲੈ ਲਾ ਪਰ 15 ਮਿੰਟ ਆਪਣੀ ਗੱਲ ਰੱਖ ਲਾ ਬਾਅਦ ਚ ਅਸੀਂ ਆਪਣੀ ਗੱਲ ਕਰ ਲਿਆ ਕਰ ਇੰਨੀ ਛੂਟ ਕੋਈ ਕੌਣ ਦੇ ਸਕਦਾ ਮੈਂ ਗੱਲ ਹੈਗੀ ਹਾਂ ਆਪਾਂ ਜਿਹੜੀ ਗੱਲਬਾਤ ਸੀ ਨਾ ਇੱਕ ਮੈਂ ਕਹਿਣੀ ਚਾਹੁੰਦਾ ਸੀਗਾ ਵੀ ਜਿਹੜਾ ਕਾਰਨ ਕੀ ਸੀਗਾ ਅਸੀਂ ਬੈਠੇ ਸਾਰੇ ਵੀਰ ਭਰਾ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਥੇ ਤੇ ਉਸ ਵੇਲੇ ਗੱਲਬਾਤ ਹੋਈ ਕਹਿਣ ਲੱਗੇ ਵੀ ਹਰਨੇਕ ਸਿੰਘ ਨੇ ਕਿਸਾਨੀ ਅੰਦੋਲਨ ਦੇ ਖਿਲਾਫ ਸੀ ਇਸ ਕਰਕੇ ਉਹਦੇ ਤੇ ਹਮਲਾ ਹੋ ਗਿਆ ਇਹ ਪਤਾ ਜਾਗਰੂਕਾਂ ਨੂੰ ਵੀ ਹੈ ਔਰ ਪਤਾ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਪਤਾ ਕਿਸਾਨੀ ਸੰਘਰਸ਼ ਮਸਲਾ ਨਹੀਂ ਗਾ ਇਹਦੇ ਵਿੱਚ ਪਰ ਜਿਹੜੇ ਲੋਕਾਂ ਨੇ ਕਦੇ ਹਰਨੇਕ ਸਿੰਘ ਦੇ ਬਾਰੇ ਕੁਛ ਨਹੀਂ ਸੁਣਿਆ ਉਹ ਹਮਲਾ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਸੁਣਿਆ ਤੇ ਉਹਨਾਂ ਨੂੰ ਇਦਾਂ ਲੱਗਦਾ ਕਿ ਹਾਂ ਕਿ ਉਹ ਅੰਦੋਲਨ ਬਾਰੇ ਬੋਲੇ ਇਸ ਕਰਕੇ ਹਮਲਾ ਹੋ ਗਿਆ ਅਸੀਂ ਬੇਨਤੀ ਇਹ ਦੱਸਣੀ ਚਾਹੁੰਦੇ ਹਾਂ ਕਿ ਕੁਛ ਪੁਆਇੰਟ ਜਿਹੜੇ ਉਹਨਾਂ ਨੂੰ ਇਸ਼ੂ ਬਣਾਉਂਦੇ ਸੀਗੇ ਉਹ ਇਹ ਸੀ ਇੱਕ ਤਾਂ ਇਹ ਕਿਹਾ ਜਾਂਦਾ ਸੀ ਕਿ ਹਰਨੇਕ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਇਹ ਕਹਿੰਦੇ ਸੀ ਲੋਕ ਤੇ ਉਹ ਕਲਿੱਪ ਜਿਹੜੇ ਕੁਛ ਸੈਕਿੰਡਾਂ ਤੇ ਕੱਟ ਕੇ ਸੋਸ਼ਲ ਮੀਡੀਆ ਤੇ ਪਾਲਦੇ ਸੀ ਕਿ ਆ ਦੇਖੋ ਉਹਨੇ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਇੱਕ ਇਹ ਕਿਹਾ ਜਾਂਦਾ ਸੀ ਕਿ ਉਹ ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਤਾਂ ਜੀ 1500 ਦਾ ਮਿਲ ਜਾਂਦਾ ਹੈ ਅਸੀਂ ਹੋਰ ਲਿਆ ਇੱਕ ਇਹ ਕਿਹਾ ਜਾਂਦਾ ਸੀ ਕਿ ਬਾਬਾ ਜਰਨੈਲ ਸਿੰਘ ਪਿੰਡਰਾਜ ਦੇ ਖਿਲਾਫ ਬੋਲਿਆ ਇਸ ਕਰਕੇ ਅਸੀਂ ਉਹਦੇ ਵਿਰੋਧੀ ਹੈਗੇ ਹਾਂ ਇੱਕ ਉਹ ਕਹਿੰਦੇ ਸੀ ਕਿ ਉਹ ਦਸਮ ਗ੍ਰੰਥ ਦਾ ਵਿਰੋਧੀ ਹੈਗਾ ਇਸ ਕਰਕੇ ਉਹਤੇ ਹਮਲਾ ਕਰਦੇ ਇੱਕ ਉਹ ਕਹਿੰਦੇ ਸੀ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਨੂੰ ਉਹ ਮਾੜਾ ਬੋਲਦਾ ਤਾਂ ਕਰਕੇ ਉਹ ਹਮਲੇ ਦਾ ਹੱਕਦਾਰ ਇੱਕ ਕਹਿੰਦੇ ਸੀ ਗਾਲਾਂ ਕੱਢਦਾ ਤਾਂ ਉਹਦੇ ਤੇ ਇੱਕ ਕਹਿੰਦੇ ਸੀ ਵੀ ਬਾਬਾ ਦੀਪ ਸਿੰਘ ਤੇ ਸਵਾਲ ਚੁੱਕੇ ਆ ਭਾਈ ਮਨੀ ਸਿੰਘ ਤੇ ਸਵਾਲ ਚੁੱਕੇ ਆ ਮਾਤਾ ਸੁੰਦਰੀ ਤੇ ਸਵਾਲ ਚੁੱਕੇ ਤਾਂ ਅਸੀਂ ਜਿਹੜੇ ਆ ਉਹਦੇ ਤੇ ਹਮਲਾ ਕਰਦੇ ਹਾਂ ਇਹਨਾਂ ਗੱਲਾਂ ਨੂੰ ਬਣਾਇਆ ਗਿਆ ਸੀ ਅਸਲ ਦੇ ਵਿੱਚ ਇਸ਼ੂ ਹਮਲਾ ਕਰਨ ਵਾਲਿਆਂ ਨੇ ਕਿਸਾਨੀ ਸੰਘਰਸ਼ ਦਾ ਤਾਂ ਇਹਦੇ ਨਾਲ ਲੈਣ ਦੇਣ ਹੀ ਨਹੀਂ ਜੇ ਕਿਸਾਨੀ ਸੰਘਰਸ਼ ਦਾ ਕੋਈ ਲੈਣ ਦੇਣ ਹੁੰਦਾ ਤਾਂ ਇਹ ਹਮਲਾ ਹਰਨੇਕ ਸਿੰਘ ਤੇ ਨਹੀਂ ਸੀ ਹੋਣਾ ਇਹ ਹਮਲਾ ਕਿਸਾਨਾਂ ਨੇ ਕਰਨਾ ਸੀ ਬੀਜੇਪੀ ਦੇ ਲੀਡਰਾਂ ਤੇ ਜਿਨ੍ਹਾਂ ਨੇ ਕਾਨੂੰਨ ਬਣਾਏ ਉਹਨਾਂ ਤੇ ਨਿਊਜ਼ੀਲੈਂਡ ਦੇ ਵਿੱਚ ਹਮਲਾ ਕਰਨਾ ਜਿੰਨਾ ਔਖਾ ਹੈ ਇੰਡੀਆ ਦੇ ਵਿੱਚ ਉਦੋਂ 10 ਗੁਣਾ ਸੌਖਾ ਹੈ ਹਮਲਾ ਕਰਨਾ ਜਿਹੜੇ ਇੰਡੀਆ ਦੇ ਵਿੱਚ ਲੀਡਰ ਜਾਂ ਬੀਜੇਪੀ ਦੇ ਲੋਕ ਬੈਠੇ ਸੀ ਜਿਨ੍ਹਾਂ ਨੇ ਕਾਨੂੰਨ ਬਣਾਏ ਸੀ ਜਾਂ ਜਿਹੜੀਆਂ ਐਕਟਰਨੀਆਂ ਕੰਗਣਾ ਵਰਗੀਆਂ ਜਾਂ ਹੋਰ ਜਿਹੜੀਆਂ ਕਿਸਾਨੀ ਅੰਦੋਲਨ ਦੇ ਖਿਲਾਫ ਬੋਲੀਆਂ ਇਹ ਹਮਲਾ ਉਹਨਾਂ ਤੇ ਹੋਣਾ ਸੀ ਨਾ ਕਿ ਨਿਊਜ਼ੀਲੈਂਡ ਬੈਠੇ ਹਰਨੇਕ ਸਿੰਘ ਤੇ ਹੋਣਾ ਸੀ ਕਿਉਂਕਿ ਹਰਨੇਕ ਸਿੰਘ ਨੇ ਆਪਣਾ ਇੱਕ ਵਿਊ ਦਿੱਤਾ ਸੀ ਨਾ ਉਹ ਇੰਡੀਆ ਚ ਆਇਆ ਨਾ ਕਿਸਾਨਾਂ ਦੇ ਖਿਲਾਫ ਬੋਲਿਆ ਉਹਨੇ ਇੱਕ ਵਿਊ ਦਿੱਤਾ ਸੀ ਆਪਣਾ ਉਹ ਵੀ ਕਿਸਾਨਾਂ ਦੇ ਖਿਲਾਫ ਨਹੀਂ ਸੀ ਦਿੱਤਾ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਦੇ ਤਰੀਕੇ ਦੇ ਖਿਲਾਫ ਕੁਝ ਗੱਲਾਂ ਕੀਤੀਆਂ ਸੀ ਕਿ ਇੱਥੇ ਇੱਥੇ ਸਾਨੂੰ ਸੁਚੇਤ ਹੋਣ ਦੀ ਲੋੜ ਨਾ ਇਹ ਗੱਲਾਂ ਸਿਰਫ ਇਹ ਕੁਝ ਲੋਕਾਂ ਨੇ ਜਾਣ ਕੇ ਹਮਲਾ ਹੋਣ ਤੋਂ ਬਾਅਦ ਬਣਾ ਕੇ ਪੇਸ਼ ਕੀਤੀਆਂ ਗਈਆਂ ਕਿ ਕਿਸਾਨਾਂ ਦੇ ਖਿਲਾਫ ਬੋਲਿਆ ਇਸ ਕਰਕੇ ਉੱਤੇ ਹਮਲਾ ਹੋਇਆ ਨਹੀਂ ਅਸਲ ਦੇ ਵਿੱਚ ਇਸ਼ੂ ਉਹਨਾਂ ਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਣਾ ਬਾਬਾ ਦੀਪ ਸਿੰਘ ਦੇ ਖਿਲਾਫ ਬੋਲਣਾ ਅਕੇ ਜੀ ਗੁਰਪ੍ਰਤਾਪ ਦੇ ਖਿਲਾਫ ਬੋਲਣਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦਸਮ ਗ੍ਰੰਥ ਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਣਾ ਬਾਬਾ ਜਰਨੈਲ ਸਿੰਘ ਜਾਂ ਸ਼ਹੀਦਾਂ ਬਾਰੇ ਮਾੜਾ ਬੋਲਣਾ ਇਹ ਇਸ਼ੂ ਬਣਾਏ ਸੀ ਪਰ ਅਸਲ ਵਿੱਚੋਂ ਅਸਲ ਕਾਰਨ ਇਹ ਸੀ ਕਿ ਹਰਨੇਕ ਸਿੰਘ ਦੀਆਂ ਸੱਚ ਦੀਆਂ ਗੱਲਾਂ ਨੇ ਇਹਨਾਂ ਦੀਆਂ ਦੁਕਾਨਦਾਰੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਸੀ ਉਹ ਠੱਪ ਹੋ ਰਹੀਆਂ ਸੀ ਸਣੇ ਜਾਗਰੂਕਾਂ ਦੇ
क्योंकि सारे मिशनरी जागरूक इन्हां गल्लां नूं अज तक कई लुकवें तरीके नाल कहिंदे आए, कई कईआं ने स्टेज ते वी कह दित्तियां सी कि बाबा दीप सिंह दा सीस नहीं लत्था सी। दर्शन ग्रंथ दा विरोध जिन्ने जागरूक करदे आ इन्ना तां हरनेक सिंह ने वी निषेध कीता होणा जिद्दन दे प्रोफेसर दर्शन सिंह वर्गे कर रहे सी। सूरज प्रकाश ग्रंथ दीआं किहड़ीआं गल्लां दा पता जागरूकां जां मिशनरीआं नूं नहीं हैगा, इह सारी इस चीज़ां दे खिलाफ सीगे। पर इस वेले सारे इको तां हो गए क्योंकि सारे दे सारे पुजारी सी, बाबिआं नूं भंडण वाले भी पुजारी सी ते खुद बाबे भी पुजारी सी। हरनेक सिंह ने वह सच पैदा कर दिता सी जिहड़ा कदे गुरु नानक साहब ने बोलिया सी। जदों गुरु नानक साहब बोले सी कई सोचते सी कि मुसलमानां दे खिलाफ है, कई सोचते सी कि हिंदुआं दे खिलाफ है, लेकिन असल दे विच जिहड़े ब्राह्मण सी वह भी गुरु नानक दे खिलाफ सी, जिहड़े काजी सी वह भी गुरु नानक दी विचारधारा दे खिलाफ सी। इसे तरह अज जिहड़े बाबे सी वह भी अज हरनेक सिंह दे खिलाफ होए, जिहड़े परंपरा आदि सी वह भी खिलाफ होए, जिहड़े जागरूक ते मिशनरी कमाउंदे सी वह भी खिलाफ होए। असल विच जिवें उस वेले दे काजी ब्राह्मण जोगी सारे पुजारी सी, इसे तरह अज दे मिशनरी जागरूक अते जिहड़े टकसाली जां होर बाबे जिहड़े परंपरावादी जिन्ने उह सारी पुजारी है। इस करके जिवें गुरु नानक साहिब दे घर दे उत्ते हमले होए सी, किवें गुरु अर्जन साहिब नूं तत्ती तवी ते बिठाया गया, किवें गुरु तेग बहादुर साहिब चांदनी चौंक दे विच शहीद किया गया, छोटे छोटे साहिबजादे शहीद किए गए, गुरु गोबिंद सिंह नूं शहीद किया गया, इसे तरीके नाल अज यह हमला कदे 2015-16 दे विच भाई हरनेक सिंह ते हुंदा, भाई रणजीत सिंह ते हुंदा, ते हुण वेले 2020 दे विच इह जाके हरनेक सिंह ते हमला हुंदा है। जां जदों कदों भी किसी ना किसी वीर की कोई फोटो वेख के जां उत्ते बना के उहनूं डरा के धमका के माफिया मंगाउण दा सिलसिला आपां लंबे टाइम तों वेखदे आ रहे हां। ते हुण कुछ दिनां तों ज्ञानी लखवीर सिंह जिन्हां ने कुछ गल्लां बातां कीतियां ने तां उहनां दे खिलाफ भी साजिशां और इहनां दा घड़िया जा रहा है, क्योंकि ज्ञानी लखवीर सिंह ने वह गल्लां पेश कर दित्तियां जिहदे च कहा जांदा सी कि हरनेक सिंह कहिंदा कि बाणी बैन होनी चाहीदी है। उहने गल्लां सच दस दित्तियां कि हरनेक सिंह कहिंदा क्यों सी, रीजन की सी। जदों ने रीजन दसे तां उस वेले जिहड़े अपने आप नूं जागरूक हुंदे आ, अपने आप नूं बड़े स्याणे कहाउंदे आ, ਉਹ ਵੀ ਲੋਕ ਉਹਦੀਆਂ ਗੱਲਾਂ ਨੂੰ ਉਹਦੀਆਂ ਵੀਡੀਓ ਨੂੰ ਕੱਟ ਵੱਢ ਕੇ ਉਹਦੇ ਖਿਲਾਫ ਕਈ ਤਰੀਕੇ ਦੀਆਂ ਸਾਜ਼ਿਸ਼ਾਂ ਕਰ ਰਹੇ ਆ ਤਾਂ ਕਿ ਇਹਦੇ ਉੱਪਰ ਵੀ ਕੋਈ ਨਾ ਕੋਈ ਹਮਲਾ ਜਾਂ ਕੋਈ ਅਟੈਕ ਹੋ ਸਕੇ। ਇਸ ਮਸਲੇ ਤੇ ਸਾਰਿਆਂ ਤੋਂ ਜ਼ਿਆਦਾ ਕਮਲ ਜੇ ਕੁੱਟਿਆ ਤਾਂ ਜਾਗਰੂਕਾਂ ਨੇ ਕੁੱਟਿਆ। ਬਿਲਕੁਲ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਜਿਹੜੇ ਕਹਿ ਜੀ ਜਿਹੜੇ ਟਕਸਾਲੀਆਂ ਦੇ ਬਾਬਿਆਂ ਦੇ ਚੇਲੇ ਆ ਉਹ ਤਾਂ ਅਸਲ ਵਿੱਚ ਆਪਣੇ ਆਪ ਨੂੰ ਮੰਨਦੇ ਹੀ ਉਦਾਂ ਬਹੁਤੇ ਜ਼ਿਆਦਾ ਜਿਨ੍ਹਾਂ ਦੇ ਮੂੰਹ ਦਵਾਸ਼ ਹੋਏ ਵੀ ਹੈਗੇ, ਪਰ ਜਾਗਰੂਕ ਸਾਰੇ ਦੇ ਸਾਰੇ ਕਮੀਣੇ ਆ, ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਅੱਜ ਤੱਕ ਇਹੀ ਬੰਦੇ ਹਰਨੇਕ ਸਿੰਘ ਦੇ ਕੋਲੇ ਜਾ ਕੇ ਉਸੇ ਨਿਊਜ਼ੀਲੈਂਡ ਉਸੇ ਗੁਰਦੁਆਰੇ ਦੇ ਵਿੱਚ ਸਾਰੇ ਜਾ ਕੇ ਗੱਲਾਂ ਕਰਦੇ ਸੀ ਜਿਹੜੀਆਂ ਹਰਨੇਕ ਸਿੰਘ ਨੇ ਰੇਡੀਓ ਤੇ ਕੀਤੀਆਂ, ਇਹਨਾਂ ਨੇ ਸਾਰਿਆਂ ਨੇ ਉਹ ਗੱਲਾਂ। ਅੱਜ ਹੁਣ ਸਰਬਜੀਤ ਸਿੰਘ ਧੁੰਦੇ ਵਰਗੇ ਆਪ ਨਾ ਬੋਲ ਕੇ ਆਪਣੇ ਕੁੱਝ ਚਮਚਿਆਂ ਨੂੰ ਰੇਡੀਓ ਤੇ ਬਿਠਾ ਕੇ ਜਾਂ ਵੀਡੀਓ ਬਣਾ ਕੇ ਉਹੀ ਪ੍ਰੋਗਰਾਮ ਕਰਵਾ ਰਹੇ ਆ। ਅਸੀਂ ਜਿਹੜੀ ਗੱਲ ਕਰਦੇ ਹਾਂ ਅਸੀਂ ਆਪਣੀ ਗੱਲ ਕਰਦੇ ਹਾਂ, ਪਰ ਅਸੀਂ ਕਿਸੇ ਦੇ ਥਾਂ ਤੇ ਗੱਲ ਨਹੀਂ ਕਰਦੇ ਗੇ। ਜੇ ਭਾਈ ਰਣਜੀਤ ਸਿੰਘ ਨੇ ਕੋਈ ਗੱਲ ਕਰਨੀ ਹੁੰਦੀ ਉਹ ਆਪਣੀ ਸਟੇਟਮੈਂਟ ਆਪ ਦਿੰਦੇ ਆ, ਹਰਨੇਕ ਸਿੰਘ ਨੇ ਕੋਈ ਗੱਲ ਕਰਨੀ ਆਪਣੀ ਸਟੇਟਮੈਂਟ ਆਪ ਦਿੰਦੇ ਆ, ਅਸੀਂ ਉਹਨਾਂ ਦੇ ਥਾਂ ਤੇ ਸਫਾਈ ਨਹੀਂ ਦਿੰਦੇ ਗੇ। ਅਸੀਂ ਇਹ ਨਹੀਂ ਕਹਿੰਦੇ ਕਿ ਹੁਣ ਰੇਡੀਓ ਤੇ ਪ੍ਰੋਗਰਾਮ ਨਹੀਂ ਹੁੰਦਾ ਇਸ ਕਰਕੇ ਅਸੀਂ ਅੱਜ ਤਾਂ ਪ੍ਰੋਗਰਾਮ ਕਰਨ ਲੱਗੇ, ਨਹੀਂ, ਅਸੀਂ ਆਪਣੀ ਸਟੇਟਮੈਂਟ ਆਪਣੇ ਬਲਬੂਤੇ ਆਪਣੇ ਸਿਰ ਪਸਿਰ ਲੈ ਕੇ ਕਰ ਰਹੇ ਹਾਂ। ਲੇਕਿਨ ਧੁੰਦੇ ਵਰਗੇ ਜਾਂ ਇਹ ਮਿਸ਼ਨਰੀ ਪ੍ਰਚਾਰਕ ਉਹ ਬੰਦੇ ਆ ਜਿਹੜੇ ਆਪਣੇ ਆਪ ਨੂੰ ਬੈਕ ਰੱਖ ਕੇ ਅੱਗੇ ਕੁੱਝ ਨਾ ਕੁੱਝ ਗੋਲਡੀ ਵਰਗੇ ਪ੍ਰਭਦੀਪ ਵਰਗੇ, ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੇ ਪ੍ਰਭਦੀਪ ਨੂੰ ਅੱਗੇ ਕੀਤਾ ਹੋਇਆ, ਗੋਲਡੀ ਨੂੰ, ਬਲਰਾਜ ਨੂੰ ਇਹਨਾਂ ਨੇ ਮਿਸ਼ਨਰੀਆਂ ਨੇ ਅੱਗੇ ਕੀਤਾ ਹੋਇਆ, ਆਪ ਪਿੱਛੇ ਹੋ ਕੇ ਸਪੋਰਟਾਂ ਦਿੰਦੇ ਆ ਔਰ ਇਹਨਾਂ ਨੂੰ ਅੱਗੇ ਬੋਲਣ ਲਈ ਲਾਇਆ। ਹਾਂਜੀ ਠੀਕ ਹੈ ਜੀ, ਆਪਾਂ ਗੱਲਬਾਤ ਜਿਹੜੀ ਹੈਗੀ ਆਪਣੇ ਤਰੀਕੇ ਦੇ ਨਾਲ ਰੱਖਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਸਾਡਾ ਕਹਿਣਾ ਇਹੀ ਹੈ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਹੱਕ ਹੈ, ਵਾਇਲੈਂਸ ਨੂੰ ਸਾਨੂੰ ਕਦੇ ਪ੍ਰਮੋਟ ਨਹੀਂ ਕਰਨਾ ਚਾਹੀਦਾ ਕਿਉਂਕਿ ਡੈਮੋਕ੍ਰੇਸੀ ਆ, ਹੁਣ ਡਿਕਟੇਟਰਸ਼ਿਪ ਨਹੀਂ ਹੈਗੀ ਆ, ਸਾਨੂੰ ਅਧਿਕਾਰ ਨਹੀਂ ਕਿਸੇ ਨੂੰ ਮਾਰਨ ਦਾ। ਜੇ ਸਾਨੂੰ ਕਿਸੇ ਤੋਂ ਕੋਈ ਪ੍ਰੋਬਲਮ ਹੈਗੀ ਆ, ਕਿਸੇ ਦੀ ਗੱਲ ਠੀਕ ਨਹੀਂ ਲੱਗਦੀ, ਸਾਨੂੰ ਲੱਗਦਾ ਵੀ ਕੋਈ ਗੱਲ ਸਾਡੀ ਕਮਿਊਨਿਟੀ ਦੇ ਬਾਰੇ ਕੀਤੀ ਜਾ ਰਹੀ ਹੈ, ਤਾਂ ਸਾਡੇ ਕੋਲੇ ਕੋਰਟ ਹੈਗੀ ਆ, ਸਾਡੇ ਕੋਲੇ ਅਦਾਲਤਾਂ ਹੈਗੀਆਂ, ਅਸੀਂ ਉਹ ਰਾਹ ਅਪਣਾਈਏ ਆਪਣੇ ਆਪ ਦੇ ਲਈ, ਬਿਹਤਰ ਹੋਊਗਾ, ਸਾਡੀ ਆਉਣ ਵਾਲੀ ਪੀੜ੍ਹੀ ਇਸ ਰਾਹ ਦੇ ਉੱਤੇ ਚੱਲ ਕੇ ਸੌਖੀ ਹੋ ਜਾਊ। ਜੇ ਗੁਰੂ ਨਾਨਕ ਸਾਹਿਬ ਮਹਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਪੈਦਾ ਹੋ ਕੇ, ਹੁਣ ਮਹਿਤਾ ਕਲਿਆਣ ਦਾਸ ਜੀ ਜਿਹੜੇ ਉਹ ਵੀ ਪਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਮਨਾ ਕਰ ਦਿੱਤਾ, ਤਾਂ ਉਹ ਵੀ ਉਸੇ ਘਰ ਵਿੱਚ ਰਹੇ ਆ।
और उस तों बाद बाबा श्री चंद जी जिहड़े के अपने तन ते सवा मलदे सी जिहड़े धूने लाउंदे सी ओह वी गुरु नानक दे घर विच रहे है। जे गुरु नानक दे घर विच तीन एक दादा एक पोता एक पिता है विच जे उन्हां तिन्हां दी विचारधारा वक्खरी वक्खरी चल सकदी है ते असीं इत्थे अपनी गल क्यों नहीं रख सकदे। इह सुनेहा सानू गुरु नानक साहब दे घर तों मिलदा है। गुरु नानक साहब दे घर दे विच जे पृथ्वी चंद रह सकदा है ते असीं क्यों नहीं रह सकदे। हां जी, साडा जिहड़ा दिमाग हैगा इहदे विच इक गल जरूर बिठायो, वायलेंस किते नहीं करनी। असीं चंगे नागरिक बनना है, हर मुल्क दे कौम दे विच चंगे सिख बन के असीं रहना, ठीक राह अख्तियार करने है, बोलण दा हक सारे कोले है। जे किते कुछ गलत लगदा है तां सिर्फ कानून दा सहारा लैणा है, ओह तों बिना कुछ नहीं। तुसीं अपनी अखीरी आखिरली गल सुरिंदर सिंह जी कोई करनी चाहो तां कह लो, फिर आपां समाप्ति कर लईए। एक गल बहुत ज्यादा कही जाती है कि जो गुरु नानक साहब ने यह गल शब्द कहे थी कि कादी कूड़ बोल मल खाए, ब्राह्मण नावे जिया काए, जोगी जुगत ना जाने अंध, पीने उजाड़े का बंध, इथों तक कहता सी। जदों भगत नामदेव ने कहा हिंदू अन्ना तुरकू काणा दोहां ते ज्ञानी सियाणा, उहनूं वी फिर तुसीं वायलेंस कह सकदे हो। फिर कबीर जी ने जिहड़े शब्द कहे सी बुत पूज पूज हिंदू होए तुरक होए सिर नाही, तां उदों वी तुसीं कह सकदे सी कि वायलेंस है। इह वायलेंस नहीं हुंदी, सच सच हुंदा। हाँ, वायलेंस उत्थे कह सकदे हो किसे नूं भरम दे विच पा के, किसे नूं भुलेखे विच पा के, किसे दी झूठी गल बना के, उदों बाद किसे होर नूं भड़का देना, उह वायलेंस नूं भड़काउणा। जिवें जागरूक करदे आ, जिवें झूठियां वीडियो कटिंग कर करके ਜਾਂ ਉਹਨਾਂ ਦੀ ਇੱਧਰ ਐਡੀਟਿੰਗ ਕਰਕੇ ਜਿਹੜੀਆਂ ਪਾਈਆਂ ਜਾਂਦੀਆਂ, ਅਸਲ ਵਾਇਲੈਂਸ ਉਹ ਹੈ ਨਾ ਕਿ ਜਿਹੜਾ ਸੱਚ ਸਾਹਮਣੇ ਕਹਿ ਦੇਣਾ, ਆਪਣਾ ਚਿਹਰਾ ਲੁਕੋ ਕੇ ਗੱਲ ਨਹੀਂ ਕਰਨੀ, ਸਾਹਮਣੇ ਗੱਲ ਕਰ ਲੈਣੀ। ਜਿਵੇਂ ਸਿੱਖ ਵੋਇਸ ਵਾਲਾ ਜਿਹੜਾ ਉਹ ਆਪਣਾ ਚਿਹਰਾ ਲੁਕੋ ਕੇ ਵੀਡੀਓ ਕਟਿੰਗ ਕਰਕੇ ਪਾ ਰਿਹਾ, ਉਹ ਵਾਇਲੈਂਸ ਹੈ ਨਾ ਕਿ ਜਿਹੜਾ ਸੱਚ ਦੱਸ ਦੇਣਾ ਵਾਇਲੈਂਸ ਹੈ। ਜੇ ਸੱਚ ਦੱਸਣਾ ਵਾਇਲੈਂਸ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਹੋਗੇ ਕਿ ਉਹ ਵਾਇਲੈਂਸ ਕਰਦੇ ਸੀ, ਤੁਸੀਂ ਕਬੀਰ ਨੂੰ ਕਹੋਗੇ, ਤੁਸੀਂ ਭਗਤ ਨਾਮਦੇਵ ਨੂੰ ਕਹੋਗੇ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ। ਸੋ ਇਸ ਕਰਕੇ ਇਹ ਵਾਇਲੈਂਸ ਨਹੀਂ ਹੈ, ਬਲਕਿ ਇਹ ਸੱਚ ਦੱਸਣਾ, ਸੱਚ ਸੁਣਨਾ ਸਾਨੂੰ ਆਉਣਾ ਚਾਹੀਦਾ। ਬਸ ਇੰਨਾ ਕਿ ਸਾਡੀ ਗੁਜ਼ਾਰਿਸ਼ ਸੀ। ਫਿਰ ਸਭ ਤੋਂ ਲੈਂਦੇ ਹਾਂ, ਫਿਰ ਜਦੋਂ ਸਮਾਂ ਹੋਇਆ ਆਪਾਂ ਫਿਰ ਗੱਲਬਾਤ ਕਰ ਲਵਾਂਗੇ। ਗੱਲਬਾਤ ਦੇ ਰਾਹ ਖੁੱਲੇ ਹੈ, ਜੇ ਕੋਈ ਤੁਹਾਡਾ ਸਵਾਲ ਜਵਾਬ ਹੋਵੇ ਸਾਡੇ ਨਾਲ ਕਰ ਸਕਦੇ ਹੋ, ਪਰ ਅਸੀਂ ਕਿਤੇ ਵੀ ਇਹ ਹੱਕ ਦੇ ਵਿੱਚ ਨਹੀਂ ਹੈ ਕਿ ਕਿਤੇ ਵੀ ਫਿਜ਼ੀਕਲ ਤੌਰ ਤੇ ਕਿਸੇ ਨੂੰ ਨੁਕਸਾਨ ਨੁਕਸਾਨ ਪਹੁੰਚਾਇਆ ਜਾਵੇ। ਇਸ ਕਰਕੇ ਆਖਦੇ ਹੋ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।